ਜਿੱਥੇ ਪਿੰਡਾਂ 'ਚ ਸਾਡੇ ਕਿਸਾਨ ਕਾਮਰੇਡ, ਕਿਸਾਨ ਨਹੀਂ ਕਾਮਰੇਡਾਂ ਨੇ ਜਿੱਥੇ ਸਾਨੂੰ ਰੋਕਿਆ ਜਾਣੋ, ਬੁਰੀ ਤਰ੍ਹਾਂ ਰੋਕਿਆ, ਉੱਥੇ ਤਾਂ 70-80 ਫਿਰ ਇਸ ਹਿਸਾਬ ਨਾਲ ਵੋਟਿੰਗ ਹੋਣੀ ਚਾਹੀਦੀ ਸੀ ਪਰਸੈਂਟੇਜ। ਤੁਹਾਨੂੰ ਕੀ ਲੱਗਦਾ ਬੀਜੇਪੀ ਕਿੰਨੀਆਂ ਸੀਟਾਂ ਇਸ ਵਾਰ ਪੰਜਾਬ 'ਚ ਜਿੱਤ ਸਕਦੀ? ਦੇਖੋ, ਲੁਧਿਆਣਾ ਪਹਿਲੀ ਸਾਡੀ ਬੀਜੇਪੀ ਦੀ ਟੀਮ ਨੇ 27 ਦੀ ਲੜਾਈ ਕੱਲ੍ਹ ਤੋਂ ਹੀ ਸ਼ੁਰੂ ਕਰਤੀ ਹੈ, ਕੱਲ੍ਹ ਹੀ ਮੀਟਿੰਗਾਂ ਸ਼ੁਰੂ ਹੋ ਗਈਆਂ, ਅੱਜ ਵੀ ਅਸੀਂ ਇਹੀ ਡਿਸਕਸ਼ਨ ਕਰ ਰਹੇ ਸੀ। ਤੁਸੀਂ ਕਿਹਾ ਸੀ ਮੇਰੇ ਹੱਥ ਦੀ ਲਕੀਰ ਦੱਸਦੀ ਕਿ ਇੱਕ ਦਿਨ ਸੀਐਮ ਬਣਾਂਗਾ, ਕਾਂਗਰਸ ਦੇ ਨਹੀਂ ਬਣੇ, ਬੀਜੇਪੀ ਦੇ 27 'ਚ ਤੁਸੀਂ ਬਣਨ ਦੀ ਇੱਛਾ ਰੱਖਦੇ ਹੋ? ਲੁਧਿਆਣੇ 'ਚ ਕੌਣ ਜਿੱਤ ਰਿਹਾ, ਦੇਸ਼ ਕਿਸ ਦੀ ਸਰਕਾਰ ਬਣ ਰਹੀ ਹੈ, ਔਰ ਲੁਧਿਆਣਾ ਸਭ ਤੋਂ ਦਿਲਚਸਪ ਮੁਕਾਬਲਾ ਰਿਹਾ ਕਿਉਂਕਿ ਇੱਥੇ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਰਵਨੀਤ ਸਿੰਘ ਬਿੱਟੂ ਦੇ ਸਾਹਮਣੇ ਖੜੇ ਹੋ ਗਏ। ਰਵਨੀਤ ਸਿੰਘ ਬਿੱਟੂ ਵੋਟਾਂ ਤੋਂ ਬਾਅਦ ਬੀਜੇਪੀ ਦਫ਼ਤਰ ਬੈਠੇ ਨੇ, ਹਰ ਤਮਾਮ ਜਿਹੜੇ ਆਂਕੜੇ ਹੁੰਦੇ ਨੇ ਜਾਂ ਜਮ੍ਹਾਂ ਘਟਾ ਹੁੰਦੀ ਹੈ ਉਸ ਨੂੰ ਦੇਖਿਆ ਜਾ ਰਿਹਾ ਕਿ ਲੁਧਿਆਣੇ 'ਚ ਸਿਚੁਏਸ਼ਨ ਕੀ ਹੈ। ਬਿੱਟੂ ਸਾਹਿਬ ਨਾਲ ਗੱਲਬਾਤ ਕਰ ਲੈਂਦੇ। ਬਿੱਟੂ ਸਾਹਿਬ, ਬੀਜੇਪੀ ਦਫ਼ਤਰ ਆ ਗਏ ਤੁਸੀਂ, ਹੁਣ ਪੂਰੇ ਆਂਕੜੇ ਦੇਖੇ ਜਾ ਰਹੇ ਹੈ, ਕਿੱਥੇ ਨੁਕਸਾਨ, ਕਿੱਥੇ ਫਾਇਦਾ, ਕਿੱਥੇ ਜਮ੍ਹਾਂ, ਕਿੱਥੇ ਘਟਾ, ਸਾਰੇ ਆਂਕਲਨ ਕੀ ਕੱਢਿਆ ਜੀ? ਨਹੀਂ, ਮੈਨੂੰ ਤਾਂ ਇਹ ਕਾਂਗਰਸ ਅਤੇ ਆਮ ਵਾਲੀ ਦੋਨੋਂ, ਕਿਉਂਕਿ ਇਹਨਾਂ ਦਾ ਸਮਝੌਤਾ ਹੈ ਰਲ ਕੇ, ਮੈਨੂੰ ਤਾਂ ਇਹਨਾਂ ਨੇ ਘਰੋਂ ਹੀ ਕੱਢਤਾ ਸੀਗਾ। ਅਤੇ ਜਦੋਂ ਘਰੋਂ ਕੱਢਤਾ ਸੀ, ਇੱਕ ਬੰਦੇ ਦਾ ਘਰ ਹੀ ਖੋਲੋ ਅਤੇ, ਪਰ ਉਹ ਤਾਂ ਬੀਜੇਪੀ ਦੇ ਦਫ਼ਤਰ 'ਚ ਹੀ ਹਾਂ ਮੈਂ ਤਾਂ ਉੱਦਣ ਦਾ। ਬੀਜੇਪੀ ਉੱਤਰ ਸਾਡਾ ਕਮਰਾ ਹੈ ਅਤੇ ਆਹ ਪ੍ਰਧਾਨ ਜੀ ਬੈਠੇ ਆ ਸਾਡੇ, ਬਾਕੀ ਸਾਰੀ ਟੀਮ ਆ ਜਿਹੜੀ ਉਹ ਬੈਠੀ ਆ, ਅਸੀਂ ਤਾਂ ਰੋਜ਼ ਇਹਨਾਂ 'ਚ ਹੀ ਹਾਂ ਅਤੇ ਆਈ ਜਾ ਰਿਹਾ, ਦੱਸੀ ਜਾ ਰਿਹਾ ਆਪਣਾ ਹਿਸਾਬ ਕਿਤਾਬ। ਜਿਵੇਂ ਤੁਹਾਨੂੰ ਦੱਸਿਆ ਵੀ ਉਰੇ ਹੀ ਦਫ਼ਤਰ ਰਹੇਗਾ ਬੀਜੇਪੀ ਜਿਹੜਾ ਪਰਮਾਨੈਂਟ, ਜਿਹੜਾ ਇਹ ਗੱਲਾਂ ਕਰਦੇ ਸੀ ਉਹ ਉਸ ਵੇਲੇ ਕਾਂਗਰਸ ਵਾਲੇ ਵੀ ਉਹ, ਪਰ ਜਿਹੜੇ ਬਾਹਰਲੇ ਸੀ ਉਹਨਾਂ ਦਾ ਮੈਨੂੰ ਪਤਾ ਨਹੀਂ ਵੀ ਕਿਹਦੇ ਘਰ 'ਚ ਬੈਠੇ ਨੇ ਉਹ, ਕਿਹਦੇ ਘਰ 'ਚ ਨਹੀਂ ਬੈਠੇ। ਅਸੀਂ ਤਾਂ ਆਪਣੇ ਜਿਹੜਾ ਪੱਕਾ ਸਾਡਾ ਪੱਕਾ ਘਰ ਆ ਬੀਜੇਪੀ ਦਾ, ਉਹ 'ਚ ਬੈਠੇ ਹਾਂ। ਹੁਣ ਹਿਸਾਬ ਕਿਤਾਬ ਲਗਾ ਕੇ ਕੀ ਨਿਕਲਿਆ, ਕਿੱਥੇ ਰਵਨੀਤ ਸਿੰਘ ਬਿੱਟੂ ਅਤੇ ਬੀਜੇਪੀ ਖੜੀ ਹੈ? ਨਹੀਂ, ਸਾਡਾ ਤਾਂ ਪਹਿਲਾਂ ਹੀ 100% ਆ ਜਿਹੜਾ ਉਹ ਲੁਧਿਆਣੇ ਤੋਂ ਬੀਜੇਪੀ ਦੀ ਜਿਹੜੀ ਜਿੱਤ ਆ ਉਹ ਸਭ ਦੇ ਵਰਕਰ ਨੇ ਮਨ 'ਚ ਇਹੀ ਲੈ ਕੇ ਇਲੈਕਸ਼ਨ ਲੜੀ ਆ ਵੀ ਅਸੀਂ ਤਾਂ ਜਿੱਤੇ ਹੋਏ ਹਾਂ। ਅਤੇ ਦੂਜੇ ਪਾਸੇ ਜਦੋਂ ਬਾਹਰੋਂ ਕੈਂਡੀਡੇਟ ਲਿਆਂਦੇ, ਦੋਨੋਂ ਹੀ MLA ਖੜੇ ਕੀਤੇ, ਇਹਦਾ ਮਤਲਬ ਉਹਨਾਂ ਦੇ ਮਨ 'ਚ ਤਾਂ ਪਹਿਲਾਂ ਹੀ ਇਹ ਸੀ ਵੀ ਕਿਤੇ ਨਾ ਕਿਤੇ ਅਸੀਂ MP ਨਹੀਂ ਇਲੈਕਸ਼ਨ ਲੜ ਰਹੇ, ਅਸੀਂ ਤਾਂ MLA ਹੈਗੇ ਹੀ ਹਾਂ। ਜੇ ਉਹਨਾਂ ਦੇ ਮਨ 'ਚ ਮਾੜਾ ਮੋਟਾ ਵੀ ਹੁੰਦਾ ਵੀ ਅਸੀਂ MP ਬਣਨਾ ਹੈ ਜਾਂ ਬਣ ਜਾਣਾ ਹੈ, ਤਾਂ ਫਿਰ MLA ਤੋਂ ਅਸਤੀਫਾ ਦੇ ਕੇ ਆਉਂਦੇ। ਅਤੇ ਇਸ ਕਰਕੇ ਇੱਥੋਂ ਕਲੀਅਰ ਆ, ਪਹਿਲਾਂ ਲੋਕਾਂ ਨੇ ਵੀ ਉਸ ਤਰੀਕੇ ਨਾਲ ਵੀ MLA ਦੇ MLA ਰੱਖਣਾ ਉਹਨਾਂ ਨੂੰ, ਅਤੇ ਠੀਕ ਆ ਕੰਮ। ਅਤੇ ਇੱਥੇ ਜਿੱਥੇ ਵੀ ਜਿੱਥੇ ਸਾਡੀ BJP ਦਾ ਜਿਹੜਾ ਵੋਟਰ ਸੀ ਉੱਥੇ ਬੰਪਰ ਪੋਲਿੰਗ ਹੋਈ ਆ, ਜਿੱਥੇ ਕੋਈ ਕਲੱਸਟਰ ਕਾਂਗਰਸ ਦਾ ਸੀ ਜਾਂ ਆਮ ਆਦਮੀ ਦਾ ਸੀ ਉੱਥੇ ਵੋਟਿੰਗ ਆ ਜਿਹੜੀ ਬੜੀ ਘੱਟ ਹੋਈ ਆ। ਸ਼ਹਿਰ ਤੋਂ ਇਲਾਵਾ ਪਿੰਡ, ਜਿੱਥੇ ਪਿੰਡਾਂ 'ਚ ਸਾਡੇ ਕਿਸਾਨ ਕਾਮਰੇਡ, ਕਿਸਾਨ ਨਹੀਂ ਕਾਮਰੇਡਾਂ ਨੇ ਜਿੱਥੇ ਸਾਨੂੰ ਰੋਕਿਆ ਜਾਣੋ, ਬੁਰੀ ਤਰ੍ਹਾਂ ਰੋਕਿਆ, ਉੱਥੇ ਤਾਂ 70-80 ਫਿਰ ਇਸ ਹਿਸਾਬ ਨਾਲ ਵੋਟਿੰਗ ਹੋਣੀ ਚਾਹੀਦੀ ਸੀ ਪਰਸੈਂਟੇਜ, ਉੱਥੇ ਤਾਂ 50-50% ਰਹਿ ਗਈ ਵੋਟਿੰਗ, 60-60% ਪਿੰਡਾਂ 'ਚ ਹਮੇਸ਼ਾ ਸ਼ਹਿਰ ਨਾਲੋਂ ਵੱਧ ਵੋਟਿੰਗ ਹੁੰਦੀ ਆ। ਇਸ ਵਾਰ ਸ਼ਹਿਰ 'ਚ ਵੱਧ ਵੋਟਿੰਗ ਹੋਈ ਆ ਅਤੇ ਪਿੰਡਾਂ 'ਚ ਵੋਟਾਂ ਜਿਹੜੀਆਂ ਉਹ ਘੱਟ ਪਈਆਂ, ਜਿੱਥੇ ਸੋਚਦੇ ਸੀ ਵੀ ਉੱਥੋਂ ਅਸੀਂ ਲੀਡਾਂ ਕਰਕੇ ਸ਼ਹਿਰ ਦੀ ਲੀਡ ਆ ਜਿਹੜੀ ਉਹ ਖਾ ਰਹੇ। ਲੁਧਿਆਣਾ ਜਿੱਤ ਰਹੇ ਹੋ 100%, 100% ਪੰਜਾਬ 'ਚ BJP ਕਿੰਨੀਆਂ ਸੀਟਾਂ ਤੇ ਆ? ਮੈਂ ਅਸੀਂ ਨਹੀਂ ਕਹਿ ਰਹੇ, ਇਹ ਸਾਰੇ ਜਿੰਨੇ ਵੀ ਡੇਟੇ ਆ, ਜਿੰਨੇ ਵੀ ਚੈਨਲ ਨੇ, ਜਿੰਨੇ ਵੀ ਸਰਵੇ ਆ, ਤੁਹਾਡੇ ਆਪਦੇ ਜਿਹੜੇ ਚੈਨਲ 'ਚ ਆ ਉਹ 2-3 ਸੀਟਾਂ ਆਪ ਤੁਸੀਂ ਦੇ ਰਹੇ ਹੋ। ਅਤੇ ਇਸ ਕਰਕੇ BJP ਆ ਜਿਹੜੀ ਉਹ ਬੜੀ ਵਧੀਆ ਇਸ ਵਾਰ, ਜੋ ਪਰਸੈਂਟੇਜ ਵੀ ਦੱਸ ਰਹੇ ਆ ਵੀ ਕਿੰਨੀ ਪਰਸੈਂਟੇਜ BJP ਦੀ ਵੋਟ ਵਧੀ ਆ। ਤੁਹਾਨੂੰ ਕੀ ਲੱਗਦਾ BJP ਕਿੰਨੀਆਂ ਸੀਟਾਂ ਇਸ ਵਾਰ ਪੰਜਾਬ 'ਚ ਜਿੱਤ ਸਕਦੀ? ਦੇਖੋ, ਲੁਧਿਆਣਾ ਪਹਿਲੀ,
ਦੂਜੀ ਅੰਮ੍ਰਿਤਸਰ, ਤੀਜੀ ਗੁਰਦਾਸਪੁਰ, ਚੌਥੀ ਹੁਸ਼ਿਆਰਪੁਰ, ਪੰਜਵੀਂ ਪਟਿਆਲਾ। ਪੰਜ ਸੀਟਾਂ ਤੁਹਾਨੂੰ ਲੱਗਦਾ ਨਿਕਲ ਰਹੀਆਂ? ਬਿਲਕੁਲ। ਔਰ ਦੇਸ਼ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਰਿਪੀਟ ਕਰਨਗੇ, ਹੈਟ੍ਰਿਕ ਮਾਰਨਗੇ? ਉਹ ਤਾਂ ਕੋਈ ਮੁਕਾਬਲੇ ਚ ਕੋਈ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਹੈ ਸੀ? ਜੇ ਕੋਈ ਮੁਕਾਬਲੇ ਚ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਹੈ ਹੀ ਨਹੀਂ, ਜਿਹੜਾ 28 ਪਾਰਟੀਆਂ ਇਕੱਠੇ ਹੋ ਕੇ ਵੀ ਆਪਣਾ ਕੈਂਡੀਡੇਟ ਨਹੀਂ ਦੇ ਸਕੇ। ਇੱਕ ਪਾਸੇ ਕਲੀਅਰ ਪ੍ਰਧਾਨ ਮੰਤਰੀ ਨੇ ਮੋਦੀ ਜੀ, ਤੇ ਦੂਜੇ ਪਾਸੇ ਕੋਈ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਹੀ ਨਹੀਂ, ਜਦੋਂ ਫਿਰ ਕਿਹਨੇ ਬਣਨਾ ਹੈ? ਜਿਹੜਾ ਜਿਹੜਾ ਪ੍ਰਧਾਨ ਮੰਤਰੀ ਹੈਗੇ ਆ ਜਾਂ ਕੈਂਡੀਡੇਟ ਨੇ ਪ੍ਰਧਾਨ ਮੰਤਰੀ, ਉਹਨਾਂ ਨੇ ਲੋਕਾਂ ਨੇ ਚੁਣਨਾ, ਦੂਜੇ ਪਾਸੇ ਕੈਂਡੀਡੇਟ ਤਾਂ ਦਿੰਦੇ। ਰਾਹੁਲ ਗਾਂਧੀ ਨੂੰ ਕੱਲ ਪੁੱਛਿਆ ਗਿਆ, ਕਹਿੰਦੇ 295 ਤੁਸੀਂ ਸਿੱਧੂ ਮੂਸੇਵਾਲੇ ਦਾ ਗੀਤ ਸੁਣਿਆ ਹੋਣਾ, 295 ਸੀਟਾਂ ਆ ਰਹੀਆਂ। ਇਹ ਜਿਹੜੇ ਮਤਲਬ ਮੈਂ ਸੁਣ ਕੇ ਕੱਲ, ਕਿਉਂਕਿ ਟਾਈਮ ਸੀਗਾ, ਬੈਠੇ ਸਾਰਾ ਦਿਨ, ਇਹ ਜਿਹੜਾ ਬੱਚਾ ਨਹੀਂ ਹੁੰਦਾ, ਜਿਵੇਂ ਬੱਚਾ ਬੱਚਾ ਬਿਆਨ ਦਿੰਦਾ ਹੁੰਦਾ ਹੈ ਇੱਕ ਗਾਣੇ ਨੂੰ 295 ਨੂੰ ਕਹਿ ਕੇ, ਤੇ ਕਿੱਡੀ ਕਿੱਡੀ ਬਚਪਨ ਵਾਲੀ ਗੱਲ ਕੀਤੀ, ਐਡਾ ਐਡਾ ਵੱਡਾ ਸੀਨੀਅਰ ਆਦਮੀ, ਤੇ ਉਹ ਗੱਲ 295 ਏ ਤੇ ਆ ਗਿਆ। ਇਹਦੇ ਵਿੱਚ ਵੀ ਜਿਹੜਾ ਇਹ 295 ਏ ਚ ਵੀ ਜੋ ਕਹਿ ਰਹੇ ਆ ਨਾ, ਉਹ ਤੁਸੀਂ ਉਹ ਇਹ ਕੰਮ ਕੀਤੇ ਹੋਏ ਆ ਸਾਰੇ, ਉੱਥੋਂ ਤੁਸੀਂ ਸਮਝਣਾ ਚਾਹੀਦਾ ਉਹਨੂੰ, ਉਹਨੂੰ ਉਹ ਗਾਣਾ 295 ਨੰਬਰ ਲੱਗਦੇ ਆ। ਦੇਖੋ ਉਹ ਗਾਣੇ ਦਾ ਮਤਲਬ ਕੀ ਆ, ਉਹਦਾ ਧਾਰਾ ਦਾ ਕੀ ਮਤਲਬ ਆ, ਉਹ ਮੈਂ ਹੁਣ ਕੀ ਕਵਾਂ, ਕਹਿ ਨਹੀਂ ਸਕਦਾ ਕੁਛ। ਉਹ 295 ਉਹ ਆਪਣੇ ਨੰਬਰ ਗਿਣੀ ਜਾਂਦਾ। ਦੇਸ਼ ਐਨਡੀਏ ਦੀਆਂ ਕਿੰਨੀਆਂ ਸੀਟਾਂ ਤੁਹਾਨੂੰ ਲੱਗਦੀਆਂ ਕਿ ਤੁਹਾਡੀ ਗੱਲਬਾਤ ਉੱਪਰ ਹੋਈ ਹੋਣੀ ਹੈ? ਨਹੀਂ, ਉੱਤੇ ਦਾ ਗੱਲ ਤਾਂ ਨਹੀਂ, ਗੱਲ ਤਾਂ ਤੁਹਾਡੇ ਚੈਨਲ ਤੁਸੀਂ ਦੱਸ ਰਹੇ ਹੋ, ਤੁਹਾਨੂੰ ਆਪਣੇ ਜੇ ਚੈਨਲਾਂ ਸਾਰਿਆਂ ਨੇ ਉਹਤੇ ਜੇ ਭਰੋਸਾ ਕਰੀਏ, ਉਹ ਤਾਂ ਹਰ ਚੈਨਲ 350 ਤੇ 400 ਦਾ ਦਿਖਾ ਰਿਹਾ ਹੈ। ਅਮਿਤ ਸ਼ਾਹ ਹੋਰਾਂ ਨੇ ਕਿਹਾ ਸੀ ਕਿ ਰਵਨੀਤ ਬਿੱਟੂ ਕੋ ਬੜਾ ਆਦਮੀ ਬਣਾਉਣਾ ਹੈ, ਰਵਨੀਤ ਬਿੱਟੂ ਹੁਣ ਵੱਡਾ ਆਦਮੀ ਬਣਨ ਲਈ ਤਿਆਰ ਨੇ, ਕੈਬਨਿਟ ਚ ਜਾਣ ਲਈ ਤਿਆਰ ਨੇ? ਮੈਂ ਕਿਹਾ ਜੀ, ਸਭ ਤੋਂ ਪਹਿਲਾਂ ਸਾਡੀ ਆਰਗੇਨਾਈਜੇਸ਼ਨ ਨੇ, ਸਾਡੀ ਬੀਜੇਪੀ ਦੀ ਟੀਮ ਨੇ 27 ਦੀ ਲੜਾਈ ਕੱਲ ਤੋਂ ਹੀ ਸ਼ੁਰੂ ਕਰਤੀ ਹੈ, ਕੱਲ ਹੀ ਮੀਟਿੰਗਾਂ ਸ਼ੁਰੂ ਹੋ ਗਈਆਂ, ਅੱਜ ਵੀ ਅਸੀਂ ਇਹੀ ਡਿਸਕਸ਼ਨ ਕਰ ਰਹੇ ਸੀ। ਅਸੀਂ ਪਹਿਲਾਂ ਦੇਸ਼ ਦਾ ਫੈਸਲਾ ਹੋ ਚੁੱਕਿਆ ਮੋਦੀ ਜੀ ਦਾ ਬਣਦਾ, ਹੁਣ ਅਸੀਂ ਅੱਜ ਜਿਹੜੀ ਆ ਉਹ 27 ਦੀ ਇਲੈਕਸ਼ਨ ਲੜਨ ਲਈ ਕੱਲ ਦੀਆਂ ਤਿਆਰੀਆਂ ਜਿਹੜੀਆਂ ਉਹ ਹਰ ਵਾਰ ਫੁਟਿੰਗ ਤੇ ਸ਼ੁਰੂ ਹੋ ਗਈਆਂ, ਉਹਦੇ ਲਈ ਅਸੀਂ ਜਿਹੜੀ ਆ ਤਿਆਰੀ ਸ਼ੁਰੂ ਕਰ ਲਈ ਆ। 27 ਚ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਪੰਜਾਬ ਚ ਬਣਾਉਣੀ ਆ, ਉਹ ਉਸ ਵੱਲ ਨੂੰ ਅਸੀਂ ਤੁਰ ਪਏ ਆ। ਤੁਸੀਂ ਕਿਹਾ ਸੀ ਮੇਰੇ ਹੱਥ ਦੀ ਲਕੀਰ ਦੱਸਦੀ ਕਿ ਇੱਕ ਦਿਨ ਸੀਐਮ ਬਣਾਗਾ, ਕਾਂਗਰਸ ਦੇ ਨਹੀਂ ਬਣੇ, ਬੀਜੇਪੀ ਦੇ 27 ਚ ਤੁਸੀਂ ਬਣਨ ਦੀ ਇੱਛਾ ਰੱਖਦੇ ਹੋ? ਨਹੀਂ, ਹੱਥ ਦੀ ਲਕੀਰ ਤਾਂ ਕੋਈ ਹੋਰ ਕਹਿੰਦਾ ਸੀ, ਸਾਡੇ ਤਾਂ ਪਰਮਾਤਮਾ ਤੇ ਉਹਦੀ ਨਿਗਾਹ ਸਿੱਧੀ ਰਹੇ, ਤੇ ਫਿਰ ਇਹ ਹਰ ਚੀਜ਼ ਆ ਜਿਹੜੀ ਸੰਭਵ ਆ। ਉਹ ਤਾਂ ਹੱਥ ਦੀਆਂ ਲਕੀਰਾਂ ਵਾਲੇ ਤਾਂ ਹੋਰ ਨੇ, ਸਾਡੇ ਤਾਂ ਪਰਮਾਤਮਾ ਹੈ। 27 ਚ ਬਿੱਟੂ ਦਾ ਅੱਜ ਵੀ ਹੈ ਡ੍ਰੀਮ ਕਿ ਜਿਵੇਂ ਤੁਹਾਡੇ ਦਾਦਾ ਜੀ 100% ਜੀ ਕਦੇ ਮੁਕਰੇ ਕਦਾਂ, ਜਿੱਦਣ ਦੇ ਬੀਜੇਪੀ ਚ ਆ ਗਏ, ਕਿਸੇ ਗੱਲ ਦਾ ਕੋਈ ਗਲਤ ਫਹਿਮੀ ਨਹੀਂ ਗੀ, ਬੀਜੇਪੀ ਦੀ ਸਰਕਾਰ ਬਣਾਉਣੀ ਹੈ, ਬੀਜੇਪੀ ਦਾ ਚੀਫ ਮਿਨਿਸਟਰ ਬਣਾਉਣਾ। ਜਿਹੜਾ ਅਮਿਤ ਸ਼ਾਹ ਹੋਰਾਂ ਨੇ ਕਿਹਾ ਸੀ ਬੜਾ ਆਦਮੀ ਬਣਾਉਣਾ ਹੈ, ਬੜਾ ਆਦਮੀ ਮਤਲਬ ਚਰਚਾਵਾਂ ਇਹ ਚੱਲ ਪਈਆਂ, ਤੁਸੀਂ ਵੀ ਕਹਿਣ ਲੱਗ ਪਏ ਸੀ ਕਿ ਸੈਂਟਰ ਚ ਮੰਤਰੀ ਬਣਾਉਣਗੇ। ਮੈਂ ਤੁਹਾਨੂੰ ਦੱਸਿਆ ਵੀ ਉਹ ਤਾਂ ਗੱਲ ਹੈਗੀ ਹੈਗੀ ਆ, ਅਸੀਂ ਜਿਹੜੀ ਮੇਰੀ ਪ੍ਰਾਇਓਰਿਟੀ, ਮੇਰੀ ਪਾਰਟੀ ਦੀ ਪ੍ਰਾਇਓਰਿਟੀ ਆ, ਉਹ ਮੇਰੀ ਪ੍ਰਾਇਓਰਿਟੀ ਆ, ਪਾਰਟੀ ਦੀ ਪ੍ਰਾਇਓਰਿਟੀ ਇਹ ਆ ਵੀ ਉਰੇ ਚੀਫ ਮਿਨਿਸਟਰ ਜਿਹੜਾ ਬੀਜੇਪੀ ਦਾ ਬਣਾਉਣਾ ਹੈ, ਅਸੀਂ ਉਸ ਕਦਮ 27 ਚੱਲ ਪਏ ਹਾਂ। ਦੂਜਾ ਵੀ ਇਹ ਕਿ ਯੋਗੀ ਆਉਂਦੇ ਨੇ, ਉਹ ਕਹਿੰਦੇ ਕਿ 48 ਘੰਟੇ ਦੇ ਦਿਓ, ਫਿਰ ਦੇਖੋ ਕੀ ਹੁੰਦਾ। ਨਹੀਂ, ਹੋਣਾ ਹੀ ਇਹ ਹੈ ਕਿ ਜਦੋਂ ਸਾਰੇ NBC ਸਾਰੇ ਜਿਹੜੇ ਨਾਰਕੋਟ ਬਿਊਰੋ ਦੇ ਦਫ਼ਤਰ ਖੁੱਲ੍ਹਣੇ ਆ 17, ਤੇ ਤੁਹਾਨੂੰ ਲੱਗਦਾ ਵੀ ਕੋਈ ਰਹਿ ਪਊਗਾ ਉਰੇ ਨਸ਼ਾ ਵੇਚਣ ਵਾਲਾ? ਜਿੱਦਣ 17 ਦਫ਼ਤਰ ਬਣ ਗਏ, ਉਦੋਂ ਬਾਅਦ ਸਭ ਚੱਕ ਕੇ, ਚਾਹੇ ਅਫਸਰ ਰਲੇ ਆ, ਚਾਹੇ ਕੋਈ ਵੱਡੇ ਖਾਨਦਾਨ ਰਲੇ ਨੇ, ਚਾਹੇ ਛੋਟੇ ਮੋਟੇ ਜਿਹੜੇ ਵੀ ਨੇ, ਉਹ ਸਭ ਨੂੰ ਚੱਕ ਕੇ ਡਿਬਰੂਗੜ੍ਹ ਪਹੁੰਚਾਵਾਂਗੇ। ਜੇਕਰ 27 ਸਰਕਾਰ ਬਣਦੀ, 48 ਘੰਟੇ ਨਸ਼ਾ ਖਤਮ ਕਰ ਦੋਗੇ? ਨਹੀਂ, ਹਜੇ ਤਾਂ
27 ਤੋਂ ਪਹਿਲਾਂ ਪਹਿਲਾਂ ਹੀ ਕੰਮ ਕਰਾਂਗੇ ਤਾਂ ਹੀ ਸਰਕਾਰ ਬਣੂ ਨਾ, ਪਹਿਲਾਂ ਦਿਖਾਵਾਂਗੇ ਕੁਛ ਕਰਕੇ ਫਿਰ ਸਰਕਾਰ ਚ ਇੰਪਲੀਮੈਂਟ ਚੀਜ਼ਾਂ ਕਰਾਂਗੇ। ਪਿਛਲਾ ਇੱਕ ਡੇਢ ਮਹੀਨਾ ਪੂਰਾ ਜ਼ੋਰ ਅਜਮਾਇਸ਼ ਲਗਾਇਆ, ਹੁਣ ਰਿਲੈਕਸ ਨਜ਼ਰ ਆ ਰਹੇ ਹੋ, ਥੋੜਾ ਜਿਹਾ ਮੱਥੇ ਤੇ ਸਟ੍ਰੈਸ ਘੱਟ ਹੈ, ਚਿਹਰੇ ਤੇ ਮੁਸਕਰਾਹਟ ਹੈ, ਸਮਾਂ ਹੁਣ ਤੁਸੀਂ ਦੇ ਪਾ ਰਹੇ ਹੋ। ਦੇਖੋ ਗੱਲ ਇਹ ਹੁੰਦੀ ਆ, ਸਟ੍ਰੈਸ ਕੋਈ ਇਹ ਨਹੀਂ ਹੁੰਦਾ ਕੋਈ ਫਿਕਰ ਹੁੰਦਾ, ਸਟ੍ਰੈਸ ਇਹ ਹੁੰਦੀ ਆ ਵੀ ਜਿੰਨੇ ਪ੍ਰੋਗਰਾਮ ਰੱਖੇ ਹੋਏ ਆ ਉਹਨਾਂ ਤੇ ਪਹੁੰਚ ਸਕੀਏ। ਹਰ ਬੰਦੇ ਨੇ ਆਪਣਾ ਮਿਹਨਤ ਜ਼ੋਰ ਲਾ ਕੇ ਪ੍ਰੋਗਰਾਮ ਕੀਤਾ ਹੁੰਦਾ ਹੈ ਤੇ ਉਹ ਪ੍ਰੋਗਰਾਮਾਂ ਤੇ ਕਿਉਂਕਿ ਡਿਸਟੈਂਸ ਬਹੁਤ ਹੁੰਦਾ ਇੱਕ ਦੂਜੇ ਤੋਂ ਦੂਜੀ ਜਗ੍ਹਾ, ਤੇ ਉਹਦੇ ਮੇਰੇ ਲਈ ਚਾਹੇ ਪ੍ਰੋਗਰਾਮ ਸਭ ਇੱਕ ਜੇ ਹੋ ਸਕਦੇ ਆ, ਪਰ ਜਿਹੜਾ ਇੱਕ ਪ੍ਰੋਗਰਾਮ ਤੋਂ ਦੂਜਾ ਜਿਹੜਾ ਕਰ ਰਿਹਾ ਜਾਂ ਤੀਜਾ, ਉਹਦੇ ਲਈ ਤਾਂ ਉਹ ਜ਼ਿੰਦਗੀ ਉਹਨੇ ਦਾਅ ਤੇ ਲਾਈ ਹੁੰਦੀ ਹੈ ਨਾ ਸਾਰੀ। ਜੇ ਉਹਦੇ ਪ੍ਰੋਗਰਾਮ ਤੇ ਲੇਟ ਪਹੁੰਚ ਜਾਓ, ਉਹ ਇੱਕਦਮ ਉਹਨੂੰ ਇਹ ਲੱਗਦਾ ਜੀ ਮੈਂ ਤਾਂ 500 ਬੰਦਾ ਸੱਦਿਆ ਸੀ, ਮੇਰਾ 200 ਰਹਿ ਗਿਆ ਜੀ, 300 ਬੰਦਾ ਮੇਰਾ ਨਾਰਾਜ਼ ਹੋ ਕੇ ਚਲਾ ਗਿਆ। ਉਹਨੂੰ ਕਵਰ ਕਰਨਾ, ਉਹਦੀ ਉਹਦੀ ਜਿਹੜੀ ਕਿਤੇ ਥੋੜੀ ਬਹੁਤੀ ਵੀ ਉਹਦੇ ਕਿਤੇ ਮਨ ਨੂੰ ਠੇਸ ਨਾ ਲੱਗ ਜੇ, ਤੇ ਇਸ ਕਰਕੇ ਕਈ ਪ੍ਰੋਗਰਾਮ ਬਹੁਤ ਇਹ ਫਿਕਰ ਹੁੰਦਾ ਵੀ ਉੱਥੇ ਨਹੀਂ ਪਹੁੰਚ ਸਕਣਾ, ਕੋਈ ਪ੍ਰਧਾਨ ਜੀ ਨੂੰ ਭੇਜੀਏ, ਪ੍ਰਧਾਨ ਜੀ ਨਹੀਂ ਅੱਗੇ ਕਿਸੇ ਨੂੰ ਡੈਡੀਕੇਟ ਕਰਨ, ਕੋਈ ਰਿਸ਼ਤੇਦਾਰ ਨੂੰ ਭੇਜੀਏ, ਉਹ ਸਟ੍ਰੈਸ ਹੁੰਦਾ ਹੈ। ਸਟ੍ਰੈਸ ਇਹ ਨਹੀਂ ਹੁੰਦਾ ਜਦੋਂ ਇੰਨੀਆਂ ਇਲੈਕਸ਼ਨਾਂ ਲੜ ਰਹੀਆਂ ਹੁਣ, ਇਲੈਕਸ਼ਨਾਂ ਦੀ ਸਟ੍ਰੈਸ ਨਹੀਂ ਕੋਈ ਹੁੰਦਾ। ਵੜਿੰਗ ਹੋਰਿਆਂ ਨੂੰ ਤੁਸੀਂ ਬਾਹਰ ਹੀ ਕਹਿ ਰਹੇ ਸੀ ਕਿ ਇਹ ਬਾਅਦ ਚ ਦਿਖਣਗੇ ਨਹੀਂ, ਉਹ ਕਹਿੰਦੇ ਮੈਂ ਦੇਖੋ ਅੱਜ ਵੀ ਲੁਧਿਆਣੇ ਬੈਠਾ ਵਾਂ, ਜਿਹੜੇ ਮੈਨੂੰ ਬਾਹਰ ਹੀ ਕਹਿ ਰਹੇ ਸੀ ਕਿਤੇ ਮੈਂ ਲੁਧਿਆਣੇ ਦਾ। ਤਾਂ ਇਹੀ ਕਹਿਣਾ ਵੀ ਵੋਟ ਵਾਲੇ ਦਿਨ ਕਿੱਥੇ ਸੀ, ਵੋਟ ਵਾਲੇ ਦਿਨ ਕਿੱਥੇ ਸੀ, ਉਹ ਤਾਂ ਇੰਨੇ ਘਬਰਾਏ, ਇੰਨੇ ਪਜ਼ਲ ਹੋਏ, ਕਿਉਂਕਿ ਗਿੱਦੜਵਾਏ ਵੋਟ ਪਾਉਣ ਗਏ ਸੀ, ਮੁਕਤਸਰ ਸਾਹਿਬ ਵੋਟ ਪਾਉਣ ਗਏ ਸੀ, ਉਦੋਂ ਬਾਅਦ ਸਿੱਧਾ ਹੀ ਆ ਕੇ ਜੇ ਉਰੇ ਦੇ ਹੁੰਦੇ ਤਾਂ ਫਿਰ ਉਹ ਪੱਪੀ ਪ੍ਰੈਸ਼ਰ ਦੇ ਮੁੰਡੇ ਦੇ ਘਰੇ ਚਾਹ ਪੀਣ ਚਲੇ ਜਾਂਦੇ, ਉੱਥੇ ਸਰੈਂਡਰ ਕਰੇ ਆਏ। ਇੱਥੋਂ ਤੁਸੀਂ ਆਪ ਅੰਦਾਜ਼ਾ ਲਾਓ ਵੀ ਉਹਨਾਂ ਨੇ ਕੀਤਾ ਕੀ ਆ ਪਰਸੋਂ, ਸਿੱਧਾ ਉਹ ਕਾਂਗਰਸੀਆਂ ਦੇ ਘਰੇ ਜਾਣ ਦੀ ਬਜਾਏ ਜਾ ਕੇ ਪੱਪੀ ਪ੍ਰੈਸ਼ਰ ਦੇ ਘਰੇ ਜਾ ਕੇ ਸਰੈਂਡਰ ਕਰੇ ਆਏ। ਉਹ ਤਾਂ ਗੱਲ ਥੋੜੀ ਜਿਹੀ ਬਾਅਦ ਚ ਪਤਾ ਲੱਗੀ ਆ, ਨਹੀਂ ਕਿਤੇ ਪਹਿਲਾਂ 2 ਘੰਟੇ ਪਤਾ ਲੱਗ ਜਾਂਦੀ, ਕੋਈ ਬੂਥ ਹੀ ਨਹੀਂ ਲੱਗਣਾ ਸੀ। ਕਿਸਾਨਾਂ ਨੇ ਕਈ ਥਾਵਾਂ ਤੇ ਵਿਰੋਧ ਕੀਤਾ ਲੀਡਰਾਂ ਨੇ ਬੀਜੇਪੀ ਦੇ ਉਮੀਦਵਾਰਾਂ ਦਾ, ਤੁਸੀਂ ਕਿਹਾ ਸੀ ਕਿ ਸਰਕਾਰ ਬਣ ਲੈਣ ਦੋ, ਮੈਂ ਕਿਸਾਨਾਂ ਦਾ ਨਿਪਟਾਰਾ ਕਰਾਊਂਗਾ, ਸਾਰੀਆਂ ਗੱਲਾਂ ਮਨਵਾਊਂਗਾ। ਬਿਲਕੁਲ, ਹੁਣ ਸਰਕਾਰ ਜੇਕਰ ਬਣਦੀ ਹੈ ਤੁਸੀਂ ਕਿਸਾਨਾਂ ਦੇ ਨਿਪਟਾਰੇ ਕਰਵਾਓਗੇ? 100% 100% ਇਹ ਚ ਕੋਈ ਸ਼ੱਕ ਹੀ ਕੀ ਹੈ, ਕਿਸਾਨ ਆਪ ਆ ਤੇ ਅਸੀਂ 27 ਦੀ ਇਲੈਕਸ਼ਨ ਚ ਵੇਖਿਆ ਜਿੱਤਣੀ ਆ ਤੇ ਉਹ ਕਿਸਾਨਾਂ ਨੂੰ ਨਾਲ ਲੈ ਕੇ ਜਿੱਤਣੀ ਆ। ਇਹ ਤਾਂ ਜਿਹੜੇ ਖਰਾਬੀ ਕਰਦੇ ਸੀ ਇਹ ਤਾਂ ਕੁਛ ਚੰਦ ਕਾਮਰੇਡ ਸੀ, ਟੁਕੜ ਬੋਚ ਜਿਹੜੇ ਪੈਸੇ ਲੈ ਕੇ 500-500 ਤੋਂ ਪੈਟਰੋਲ ਪਵਾ ਕੇ ਉਹ ਟੁੱਟੀਆਂ ਜਾਂ ਉਹ ਲੈ ਕੇ ਛੋਟੇ ਹਾਥੀ ਜੇ ਉਹ ਚ ਪਹੁੰਚ ਜਾਂਦੇ ਸੀ। ਤੁਸੀਂ ਦੇਖੋ ਜੇ ਹਿੰਮਤ ਸੀ ਤੇ ਕਿਸਾਨ ਲੀਡਰ ਕੋਈ ਬੜਾ ਦਿਖਿਆ ਕਿਤੇ, ਇਹ ਕਿੱਥੇ ਬੈਠੇ ਸੀ? ਉਹ ਕਿਸਾਨ ਲੀਡਰ ਜਾਂ ਕਿਸਾਨ ਜਿਹੜੀਆਂ ਪੰਚਾਇਤਾਂ ਉਹ ਨਹੀਂ ਸੀ, ਇਹ ਤਾਂ ਐਵੇਂ ਹੀ ਤੋਰੇ ਹੋਏ ਸੀ ਚੱਕ ਕੇ। ਜੇ ਵਿਰੋਧ ਕਰਨਾ ਸੀ ਤਾਂ ਫਿਰ ਜਿਹੜਾ ਡੱਲੇਵਾਲ ਸੀ ਉਹ ਆਉਂਦਾ ਨਾ ਸਾਡਾ ਵਿਰੋਧ ਕਰਨ, ਜੇ ਵਿਰੋਧ ਕਰਨਾ ਸੀ ਪੰਧੇਰ ਆਉਂਦਾ ਨਾ ਉਰੇ ਵਿਰੋਧ ਕਰਨ, ਉਹ ਕਿੱਥੇ ਸੀ? ਉਹ ਵਿਚਾਰਿਆਂ ਨੂੰ ਦੇ ਕੇ 500-500 ਰੁਪਈਆ ਤੇ 500 ਦਾ ਸਕੂਟਰ ਤੇਲ ਪਵਾ ਕੇ, ਕਿਉਂਕਿ ਹਾਲਾਤ ਐਸੇ ਆ, ਉਹਨਾਂ ਨੂੰ ਤੋਰ ਦਿੰਦੇ ਸੀ। ਉਹ ਵਿਚਾਰੇ ਜਾ ਕੇ ਆਪਣਾ ਦਿਹਾੜੀਆਂ ਪੈ ਗਈਆਂ, ਚਲੋ ਚੰਗੀਆਂ। ਹੁਣ ਉਹਨਾਂ ਨੂੰ ਵੀ ਪੁੱਛ ਲਿਓ ਵੀ ਅੱਜ ਸੀਜ਼ਨ ਮੁੱਕ ਗਿਆ, ਹੁਣ ਤਾਂ ਸੀਜ਼ਨ ਮੁੱਕ ਗਿਆ ਨਾ, ਹੁਣ ਕਿਹਦੇ ਨਾਲ ਜਾਊਂਗੇ? 500 ਰੁਪਈਆ ਕਿਹਤੋਂ ਮੰਗੋਗੇ ਹੁਣ? ਠੀਕ ਹੈ, ਚਲੋ। ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਕਿ ਹੁਣ ਅਗਲਾ ਟੀਚਾ 2027 ਦੀ ਸਰਕਾਰ ਬਣਾਉਂਦਾ ਵਾ ਔਰ ਇਸ ਦੇ ਲਈ ਬੈਠਕਾਂ ਅੱਜ ਤੋਂ ਹੀ ਸ਼ੁਰੂ ਹੋ ਗਈਆਂ ਨੇ, ਕਿਸਾਨਾਂ ਦੇ ਜਿਹੜੇ ਮਸਲੇ ਨੇ ਬੀਜੇਪੀ ਦੀ ਸਰਕਾਰ ਬਣਨ ਤੋਂ ਬਾਅਦ ਉਸੀ ਨਿਪਟਾਰਾ ਉਹਨਾਂ ਦਾ ਕਰਵਾਵਾਂਗੇ। ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਲੁਧਿਆਣਾ।